ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਿੱਧੂ ਦਾ ਤੇ ਵਿਕਰਮਜੀਤ ਮਜੀਠੀਏ ਦੇ ਆਪਸੀ ਜਿਹੜੇ ਬਿਆਨਬਾਜ਼ੀ ਸੁਣ ਕੇ ਹਟਦਾ ਤਾਂ ਮੈਂ ਪਹਿਲਾਂ ਸੋਚਿਆ ਸੀ ਨਹੀਂ ਬੋਲਣਾ ਕਿਉਂਕਿ ਲੋਕ ਆ ਜਿਹੜੇ ਧਰਨਿਆ ਤੇ ਨਹੀਂ ਜਾਂਦੇ ਜਦੋਂ ਹੱਕਾ ਲੈਣ ਦੀ ਵਾਰੀ ਹੁੰਦੀ ਆ ਤੇ ਇਹਨਾਂ ਦੀਆਂ ਰੇਲੀਆਂ ਦੇ ਵਿੱਚ ਜਾ ਕੇ ਬੈੰਦੇ ਤੇ ਮੈਂ ਖੋਨਾ ਲੋਕਾਂ ਪਿੱਛੇ ਬੋਲਣਾ ਪਰ ਫਿਰ ਮੈਂ ਕੋਈ ਨਾ ਕੋਈ ਚੈਨਲ ਤੇ ਵੇਖਦਾ ਰਹਿਣਾ ਉਹੀ ਸਿੱਧੂ ਦੀਆਂ ਬਿਆਨਬਾਜ਼ੀਆਂ ਉਹੀ ਵਿਕਰਮਜੀਤ ਮਜੀਠੀਆ ਦੀਆਂ ਬਿਆਨਬਾਜ਼ੀਆਂ ਤੇ ਮੈਂ ਇੱਥੇ ਗੱਲ ਕਰਦਾ ਕਿ ਸਿੱਧੂ ਨੇ ਪਹਿਲਾਂ ਇਹ ਗੱਲ ਕੀਤੀ ਕਿ ਮੈਂ ਧੂਆਂ ਛੱਡਣ ਲਾ ਦੂੰਗਾ ਫਲਾਣਾ ਕਰ ਦੂੰਗਾ ਮੈਂ ਢਿਉਂਕਾ ਕਰ ਦੂੰਗਾ ਹੁਣ ਉਹਦੇ ਵਿੱਚ ਮੈਨੂੰ ਇੱਕ ਵੀ ਗੱਲ ਦੱਸੋ ਉਹਦੇ ਵਿੱਚ ਪਹਿਲੇ ਇਹ ਗੱਲ ਕਹੀ ਸੀ ਕਿ ਇਹ ਲੋਕਤੰਤਰ ਦੇਸ਼ ਆ ਇਹ ਲੋਕਤੰਤਰ ਦੇਸ਼ ਆ ਇਹ ਸਿੱਧੂ ਬਿਆਨਬਾਜ਼ੀਆਂ ਦਿੱਤਾ ਫਿਰ ਕਹਿੰਦਾ ਕਿ ਕਾਂਗਰਸ ਦੇ ਵਰਕਰਾਂ ਦਾ ਵੀ ਰਾਜ ਆਊਗਾ ਰਾਜ ਤਾਂ ਨਹੀਂ ਉਹਨੇ ਕਿ ਉਹਦੇ ਮੂੰਹ ਚੋਂ लाज ਨਿਕਲ ਗਿਆ ਕਿਉਂਕਿ ਰਾਜ ਕਹੀਦਾ ਹੁੰਦਾ ਭਾਈ ਸਾਹਿਬ ਕਹਿੰਦਾ ਕਾਂਗਰਸ ਦੇ ਵਰਕਰਾਂ ਦਾ ਵੀ ਰਾਜ ਆਊਗਾ ਤੇ ਅੱਜ ਰਾਜ ਕਿਹਨਾਂ ਦਾ ਅੱਜ ਟਿੱਪੂ ਸੁਲਤਾਨ ਦਾ ਰਾਜ ਕਿਉਂ ਸਿੱਧੂ ਧਿਆਨ ਦੇ ਦਰਗਹ ਲਲ ਅੱਜ ਟਿੱਪੂ ਸੁਲਤਾਨ ਦਾ ਰਾਜ ਹੁਣ ਮੈਂ ਇਹ ਗੱਲ ਕਹਿਣਾ ਕਿ ਜਿਹੜੀਆਂ ਤੁਸੀਂ ਦੋਨਾਂ ਨੇ ਬਿਆਨਬਾਜ਼ੀਆਂ ਦਿੱਤੀਆਂ ਪਹਿਲਾ ਬਿਆਨਬਾਜ਼ੀ ਤੂੰ ਦਿੱਤੀ ਆ ਕਿ ਜਦੋਂ ਇਹਦਾ ਭਰਾ ਐਮ.ਐਲ.ਏ ਬਣਿਆ ਤੇ ਹਰ ਸਿਮਰਤ ਕੌਰ ਬਾਦਲ ਦੀ ਤੂੰ ਨਕਲ ਕੀਤੀ ਨੱਚਦਾ ਨੱਚਦਾ ਕਹਿੰਦਾ ਕਿ ਮੇਰੇ ਭਰਾ ਨੂੰ ਮੰਤਰੀ ਬਣਾ ਦਿਓ ਹੁਣ ਮੈਂ ਕਹਿਣਾ ਸਿੱਧੂ ਇੱਕ ਕਹਾਵਤ ਸੀਗੀ ਵਾਰੇ ਸ਼ਾਹ ਤਾਂ ਨਾ ਜਾਂਦੀਆਂ ਨੇ ਭਾਵੇਂ ਕਟੀਆਂ ਪੋਰੀ ਪੋਰੀ ਪਤਨੀ ਇਸ ਤਰੀਕੇ ਦੀ ਕਹਾਵਤ ਆ ਸੱਜਣਾ ਉਹ ਕਹਾਵਤ ਪਤਾ ਕਿਹਦੇ ਤੇ ਲਾਗੂ ਹੁੰਦੀ ਆ ਸਿੱਧੂ ਸਾਹਿਬ ਤੇ ਇਹ ਕਹਾਵਤ ਕਿਹੜੀ ਆ ਇਹ ਲਾਗੂ ਕਿੱਥੇ ਹੁੰਦੀ ਆ ਜਾ ਕੇ ਉੱਥੇ ਕਪਿਲ ਸ਼ਰਮਾ ਦੇ ਛੋਦੇ ਵਿੱਚ ਸ਼ੇਰ ਬੋਲਦੇ ਰਹਿਣਾ ਵਾਹ 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 ਕਰਦੇ ਰਹਿਣਾ ਇਹ ਸਿੱਧੂ ਸਾਹਿਬ ਪੰਜਾਬ ਦੇ ਲੋਕ ਆ ਇਹ ਮਰੇ ਪਏ ਇੱਥੇ ਇਹ ਕਪਿਲ ਸ਼ਰਮਾ ਦਾ ਛੋਹ ਨਹੀਂਗਾ ਜਿਹਦੇ ਵਿੱਚ ਵਾਹ ਵਾਹ ਤੇ ਸ਼ੇਰ ਸ਼ੇਰੋ ਕਰੀ ਜਾਣਾ ਇਹ ਸਾਨੂੰ ਸ਼ੇਰੋ ਸ਼ਹਿਰੀਆਂ ਨਹੀਂ ਚਾਹੀਦੀਆਂ ਤੂੰ ਕਿਹਾ ਕਿ ਜਿੱਥੇ ਬਾਦਲ ਨੇ ਜਿੱਥੇ ਸੁਖਬੀਰ ਬਾਦਲ ਨੇ ਇਹ ਕਹਿ ਲੋ 2 ਨੰਬਰ ਦੀ ਕਮਾਈ ਦੇ ਨਾਲ ਆਪਦੇ ਘਰ-ਬਾਰ ਬਣਾਇਆ ਹੋਟਲ ਬਣਾਇਆ ਉੱਥੇ ਮੈਂ ਸਕੂਲ ਖੋਲੂਗਾ ਅੱਜ ਤੂੰ ਦਿਲ ਤੇ ਹੱਥ ਰੱਖ ਕੇ ਬੋਲ ਤੇਰੇ ਮੂੰਹ ਦੇ ਵਿੱਚੋਂ ਪਹਿਲੀ ਵਾਰੀ ਸਕੂਲ ਦਾ ਨਾਂ ਆਇਆ ਸਿੱਧੂ ਪਹਿਲੀ ਵਾਰੀ ਅ ਕਦੇ ਨਹੀਂ ਆਇਆ ਪਹਿਲੀ ਵਾਰੀ ਸਕੂਲ ਦਾ ਨਾਂ ਆਇਆ ਹੁਣ ਮੈਂ ਤੈਨੂੰ ਪੁੱਛਦਾ ਤੈਨੂੰ ਕਿੰਨੇ ਸਾਲ ਹੋ ਗਏ ਰਾਜਨੀਤੀ ਦੇ ਵਿੱਚ ਸਿੱਧੂ ਗੱਲ ਦਾ ਜਵਾਬ ਦਿਓ ਇਸ ਗੱਲ ਦਾ ਕਿੰਨੇ ਸਾਲ ਹੋ ਗਏ ਤੈਨੂੰ ਰਾਜਨੀਤੀ ਦੇ ਵਿੱਚ ਤੂੰ ਆਪਦੇ ਹਲਕੇ ਦਾ ਕੀ ਇਸ ਬਾਰੇ ਮੈਨੂੰ ਹਲਕੇ ਦਾ ਦੱਸ ਦੇ ਹੁਣ ਇਹ ਗੱਲ ਕਹਿੰਦਾ ਤੂੰ ਓ ਲੋਕਾ ਜਿਹੜੇ ਬੈਠੇ ਸੀ ਝੰਡੇ ਲਹਿਰਾਈ ਜਾਂਦੇ ਸੀ ਐ ਕਰਕੇ ਕਾਂਗਰਸ ਦੇ ਜਾਂ ਕਾਸੇ ਦੇ ਵੀ ਕਿ ਮੈਂ ਜਾਣਦਾ ਉਹਨਾਂ ਨੂੰ ਤੁਸੀਂ ਇਹ ਗੱਲ ਕਹੀ ਸੀ ਮੈਂ ਭੁਗਤਿਆ ਮੈਂ ਫਲਾਣਾ ਕੀਤਾ ਮੈਂ ਢੋਂਕਾ ਕੀਤਾ ਪਰ ਮੈਂ ਸਿੱਧੂ ਸਾਹਿਬ ਇਹ ਗੱਲ ਕਹਿਣਾ ਤੁਸੀਂ ਲੋਕਾਂ ਨੂੰ ਇਹ ਗੱਲ ਕਹਿੰਦੇ ਫਿਰਦੇ ਆ ਕਿ ਜੇਕਰ ਤੁਹਾਡੇ ਕੋਲ ਪਾਵਰ ਆਈ ਤਾਂ ਮੈਂ ਐ ਕਰ ਦੂੰਗਾ ਮੈਂ ਯਾਹ ਕਰ ਦੂੰਗਾ ਪਹਿਲਾਂ ਤੁਹਾਡੇ ਕੋਲ ਪਾਵਰ ਹੈ ਨਹੀਂ ਸੀ ਇਹ ਗੱਲ ਲੋਕ ਕਹਿੰਦੇ ਆ ਪਰ ਮੈਂ ਤੁਹਾਨੂੰ ਅੱਜ ਵਾਅਦੇ ਵਾਅਦੇ ਕਹਿਣਾ ਤੁਹਾਡੇ ਕੋਲ ਪਹਿਲਾਂ ਵੀ ਪਾਵਰ ਹੁੰਨੀ ਸੀ ਪਾਵਰ ਤੁਹਾਡੇ ਕੋਲ ਅੱਜ ਵੀ ਹੁੰਨੀ ਆ ਕੈਪਟਨ ਮਰਿੰਦਰ ਸਿੰਘ ਦੀ ਹਾਈ ਕਮਾਂਡ ਨਾ ਮੰਨੇ ਪਰ ਤੇਰੀ ਹਾਈ ਕਮਾਂਡ ਜ਼ਰੂਰ ਮੰਨਦੀ ਏ ਗੱਲ ਤਾਂ ਤੈਨੂੰ ਵੀ ਪਤਾ ਉਹ ਤੇਰੇ ਕੋਲ ਤਾਂ ਹਾਈ ਕਮਾਂਡ ਦੀ ਪਾਵਰ ਸੀ ਪੰਜਾਬ ਦੇ ਵਿੱਚ ਕਰਨਾ ਤਾਂ ਕੀ ਕਰ ਦਿੰਦਾ ਇੱਕ ਤੂੰ ਚਿਹਰਾ ਬਣਾਇਆ ਕਿ ਐਤਵਾਰ ਤੋਂ ਪਾਰਟੀ ਅੱਗੇ ਲਿਆਉਣ ਵਾਸਤੇ ਜਿਵੇਂ ਗੱਪ ਵੱਡੇ ਵੱਡੇ ਕੈਪਟਨ ਨੇ ਮਾਰੇ ਮੈਂ ਇਹਨਾਂ ਨੂੰ ਅੰਦਰ ਕਰਾ ਦੂੰਗਾ ਮੈਂ ਇਹਨਾਂ ਨੂੰ ਪੁੱਠਾ ਟੰਗਾ ਦੂੰਗਾ ਮੈਂ ਐ ਕਰ ਦੂੰਗਾ ਕੈਪਟਨ ਸਾਡੇ ਬਿਆਨ ਹੁੰਦੇ ਹੁੰਦੇ ਸੀ ਕਿ ਆਖੇ ਸੁਖਬੀਰ ਬਾਦਲ ਕਹਿੰਦਾ ਆਖੇ ਕਿਨੇ ਕਰਾਈ ਆ ਜੀਨੇ ਤੇ ਕੈਪਟਨ ਦਾ ਬਿਆਨ ਆ ਸੀ ਮੈਂ ਕਹਿੰਨਾ ਇਹ ਗੱਲ ਕਿ ਤੂੰ ਕਰਾਈ ਆ ਫਲਾਨਾ ਟੋਂਕਾ ਅਸੀਂ ਕਰਾਵਾਂਗੇ ਤੈਨੂੰ ਅੰਦਰ ਜਿਹੜੇ ਗੱਪ ਪੋਣੇ ਮਾਰੇ ਸੀ ਉਹ ਗੱਪਾਂ ਦੇ ਪਟਾਰਾ ਤੇਰੇ ਅੱਗੇ ਸਿਰਦਾ ਪਰ ਇਹ ਗੱਲ ਯਾਦ ਰੱਖ ਲੈ ਗਿੱਦੀ ਗਿੱਦੀ ਲੂੰਬੜੀ ਤੇ ਪੱਦਾ ਦਾ ਸਵਾਰ ਨਹੀਂ ਸਿਆਣਿਆਂ ਦੀ ਕਹਾਵਤਾਂ ਮੇਰਾ ਬੋਲਣ ਨੂੰ ਜੀ ਨਹੀਂ ਕਰਦਾ ਸੀ ਇਹ ਨਾ ਹੁਣ ਤੁਸੀਂ ਵਾਰ-ਵਾਰ ਨਾ ਸਮਝੋ ਕਿ ਗਿੱਦੀ-ਕਿੱਦੀ ਲੂੰਬੜੀ ਇੱਕ ਵਾਰੀ ਲੋਕ ਪਛਤਾਈ ਜਾਂਦੇ ਆ ਵੇਲਾ ਦਿੱਤਾ ਸੀ ਤੁਹਾਨੂੰ ਹੁਣ ਮੈਂ ਇਹ ਗੱਲ ਕਹਿਣਾ ਜਿਹੜੀ ਮੈਂ ਗੱਲ ਕਰਨੀ ਚਾਹੁੰਨਾ ਇੰਨੇ ਸਾਰੇ ਰਾਜਨੀਤੀ ਦੇ ਵਿੱਚ ਰਿਆਂ ਕੋਈ ਇੱਕ ਵੀ ਕੰਮ ਕੀਤਾ ਹੋਵੇ ਫਿਰ ਤੇਰੇ ਕੋਲ ਪਾਵਰ ਤਾਂ ਹਾਈ ਕਮਾਂਡ ਦੀ ਸੀਗੀ ਸੀਗੀ ਤੂੰ ਨਹੀਂ ਕੁਛ ਕੀਤਾ ਅੱਜ ਤੇਰੇ ਕੋਲ ਪ੍ਰਧਾਨਗੀ ਦੀ ਪਾਵਰ ਆ ਜੇਕਰ ਤੂੰ ਅੱਜ ਇੰਨਾ ਬੋਲਦਾ ਫਿਰਦਾ ਤੇਰੇ ਕੋਲ ਅੱਜ ਇੰਨੀ ਪ੍ਰਧਾਨਗੀ ਦੀ ਪਾਵਰ ਆ ਤਾਂ ਜਿਹੜੇ ਕੈਪਟਨ ਨੇ ਵਾਅਦੇ ਕੀਤੇ ਸੀ ਅੱਜ ਪੂਰੇ ਖਰਖਾ ਲੋਕਾਂ ਨੂੰ ਐ ਕਹ ਦੋ ਕਹਿੰਦਾ ਫਿਰਦਾ ਕਿ ਮੈਨੂੰ ਤੁਸੀਂ ਜੇਕਰ ਮੇਰੇ ਹੱਥ 'ਚ ਪਾਵਰ ਆਉਂਦੀ ਹੈ ਮੈਂ ਕਰ ਦੂੰ ਮੈਂ ਜੋ ਕਰ ਦੂੰਗਾ ਕਾਂਗਰਸ ਵਰਕਰਾਂ ਦਾ ਲਾਜ ਆ ਜਾਊਗਾ ਰਾਜ ਤਾਂ ਤੂੰ ਕਹਿੰਦਾ ਨਹੀਂ ਲਾਜ ਆ ਜਾਊਗਾ ਤੇ ਇਹ ਕਾਂਗਰਸ ਦੇ ਵਰਕਰਾਂ ਦਾ ਆਊਗਾ ਸਾਨੂੰ ਉਹ ਦਿਨ ਦੇ ਜਿੱਦੇ ਲੋਕਤੰਤਰ ਦੇ ਦੇਸ਼ ਜਿਹੜਾ ਨਾਂ ਤੇ ਤੁਸੀਂ ਵੋਟਾਂ ਮੰਗ ਰਹੇ ਆ ਕਿ ਉਹ ਲੋਕਤੰਤਰ ਦੇਸ਼ ਆਊਗਾ ਕਿੱਦੇ ਲੋਕ ਲੋਕ ਰਹਿ ਗਿਆ ਤੰਤਰ ਸਿਰਫ ਲੀਡਰਾਂ ਦੇ ਕੋਲ ਆ ਕਿ ਤੁਸੀਂ ਕਦੇ ਗੁਲਾਮੀ ਵੇਖੀ ਆ ਜੇ ਮੈਨੂੰ ਕਵੇ ਕੋਈ ਕਿ ਗੁਲਾਮੀ ਕੀ ਚੀਜ਼ ਹੁੰਦੀ ਆ ਮੈਂ ਕਹਾਂ ਜਾ ਕੇ ਪੁੱਛੋ ਜਿਹੜੇ ਪੰਜਾਬ ਦੇ ਵਿੱਚ ਲੋਕ ਵਸਦੇ ਆ ਗੁਲਾਮੀ ਇਹ ਦੱਸਣਗੇ ਕੀ ਹੁੰਦੀ ਆ ਮੈਂ ਕਹੂੰਗਾ ਜੇਕਰ ਗੁਲਾਮੀ ਵੇਖਣੀ ਆ ਤਾਂ ਮੈਂ ਕਹੂੰਗਾ ਵੇਖੋ ਅੱਜ ਜਾ ਕੇ ਦਿੱਲੀ ਦੇ ਬਾਡਰਾਂ ਤੇ ਕਿ ਸਾਡੀ ਸੁਣ ਨਹੀਂ ਰਹੇ ਕਿ ਜਿਹੜੀ ਜਿਹੜੀ ਤੁਹਾਨੂੰ ਜਿਨ੍ਹਾਂ ਨੇ ਤੁਹਾਨੂੰ ਚੁਣਿਆ ਹੋਵੇ ਕੇ ਕਹ ਲਓ ਜਿੱਥੇ ਕੇਂਦਰ ਦੇ ਵਿੱਚ ਬਿਠਾਇਆ ਹੋਵੇ ਉਹ ਤੁਹਾਨੂੰ ਇੱਧਰ ਵਿਧਾਨ ਸਭਾ ਦੇ ਵਿੱਚ ਭਾਇਆ ਹੋਵੇ ਅੱਜ ਉਹਨਾਂ ਦੀ ਸੁਣਵਾਈ ਨਾ ਹੁੰਦੀ ਹੋਵੇ ਉਹ ਰਾਜੇ ਲੋਕ ਹੋਣ ਆਮ ਜਨਤਾ ਰਾਜੇ ਲੋਕ ਜਿਹੜੇ ਕਹ ਲੋ ਜਿਹੜੇ ਕੰਨ ਦਾਤਾ ਜਿਹੜੇ ਉਹਨਾਂ ਦੀ ਸੁਣਵਾਈ ਨਾ ਹੁੰਦੀ ਹੋਵੇ ਇਹਨੂੰ ਅਸੀਂ ਲੋਕਤਾਂਤਰ ਦੇਸ਼ ਥੋੜਾ ਕਵਾਂਗੇ ਇਹਨੂੰ ਅਸੀਂ ਰਾਜਤੰਤਰ ਦੇਸ਼ ਕਵਾਂਗੇ ਸਿੱਧੂ ਸਾਹਿਬ ਤੁਸੀਂ ਗੱਲਾਂ ਕਿਹ ਜੀਆਂ ਕਰਦੇ ਆ ਅੱਜ ਤੁਹਾਡੇ ਕੋਲ ਪਾਵਰ ਹੈ ਤੁਸੀਂ ਅੱਜ ਕਰੋ ਕੀ ਕਰਦੇ ਆ ਫਿਰ ਮੈਂ ਗੱਲ ਇਹ ਕਹੂੰਗਾ ਫਿਰ ਮੈਂ ਗੱਲ ਕਰਨੀ ਆਪਣੇ ਜਿਹੜੇ ਮਜੀਠੀਆ ਸਾਹਿਬ ਉਹ ਵੀ ਬੋਲਦੇ ਸੀ ਤੁਸੀਂ ਕੋਈ ਪੰਜਾਬ ਦੇ ਬਾਰੇ ਗੱਲ ਨਹੀਂ ਕਰ ਰਹੇ ਤੁਸੀਂ ਲੋਕ ਜਿਹੜੇ ਉੱਥੇ ਬੈਠੇ ਆ ਨਾਰੇ ਲਾਈ ਜਾਂਦੇ ਆ ਨਾਰੇ ਬਾਜਦੇ ਇਧਰ ਧਿਆਨ ਮਾਰੋ ਮੇਰੀ ਗੱਲ ਆ ਲੈ ਸਿੱਧੂ ਨੇ ਇਹ ਗੱਲ ਕਹੀ ਆ ਕਿ ਮੈਂ ਐਜੂਕੇਸ਼ਨ ਐ ਕਰ ਦੇਣਾ ਮੈਂ ਐ ਕਰ ਦੇਣਾ ਮੈਂ ਇਹੋ ਕਰ ਦੇਣਾ ਇਹ ਸਿਰਫ ਵਿਕਰਮਜੀਤ ਮਜੀਠੀਏ ਨੂੰ ਸੁਣਾ ਰਿਹਾ ਜਿਵੇਂ ਨਾ ਬੁੜੀਆਂ ਨਹੀਂ ਲੜਦੀਆਂ ਆਪਸ ਵਿੱਚ ਇੱਕ ਦੂਜੀ ਨੂੰ ਮਿਹਨੇ ਦਿੰਦੀਆਂ ਨਹੀਂ ਤੂੰ ਤਾਂ ਇਹ ਕੀਤਾ ਸੀ ਨਹੀਂ ਤੂੰ ਤਾਂ ਉਹ ਕੀਤਾ ਸੀ ਇਹ ਮਿਹਨੇ ਦੇ ਰਹੇ ਇੱਕ ਦੂਜੇ ਨੂੰ ਤੁਸੀਂ ਕਰਨਾ ਕੀ ਆ ਪੰਜਾਬ ਦਾ ਤੁਸੀਂ ਕੀਤਾ ਕੀ ਆ ਮੈਨੂੰ ਹੱਥ ਕੱਢ ਕੇ ਵਿਖਾਉਣ ਮਜੀਠੀਏ ਹੋਰੀ ਕਿੰਨੇ ਚਿਹਰੇ ਇਹਨਾਂ ਦੀਆਂ ਸਰਕਾਰਾਂ ਰਹੀਆਂ ਤੇ ਮੈਂ ਕਹਿੰਦਾ ਜਿਆਦੇ ਤਾਂ ਤੈਨੂੰ ਸਾਲ ਹੋ ਗਏ ਰਾਜਨੀਤੀ ਦੇ ਵਿੱਚ ਤੂੰ ਕੀ ਕਰਤਾ ਤੂੰ ਸਾਨੂੰ ਦੱਸ ਕੀ ਕੁਝ ਕਰਕੇ ਵਿਖਾਇਆ ਸਾਨੂੰ ਕੁਝ ਨਹੀਂ ਕੀਤਾ ਸਵਾਏ ਗੱਲਾਂ ਤੋਂ ਤੂੰ ਬੋਲਦਾ ਕੁਝ ਕੁ ਲੋਕ ਤੇਰੇ ਹੁੰਦੇ ਆ ਕੁਝ ਕੁ ਮਗਰ ਲੱਗ ਜਾਂਦੇ ਆ ਬਸ ਉਹਦੇ ਨਾਲ ਪਾਰਟੀਆਂ ਨੂੰ ਲੱਗਦਾ ਬੱਲੇ ਬੱਲੇ ਬਈ ਸਿੱਧੂ 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 ਪਰ ਕਿੱਦੀ ਕਿੱਦੀ ਲੂੰਬੜੀ ਸਿੱਧੂ ਸਾਹਿਬ ਮੈਂ ਇਹ ਗੱਲ ਕਹਿ ਰਿਹਾ ਕਿ ਗੱਪਾਂ ਦੇ ਘੜਾਣਾ ਨਾਲ ਕੰਮ ਨਹੀਂ ਹੋਣਾ ਫਿਰ ਹਣ ਗੱਲ ਕੀਤੀ ਜਾਵੇ ਸਿੱਧੂ ਸਾਹਿਬ ਜਿਹੜੀ ਤੁਹਾਡੇ ਕੋਲ ਮਸ਼ੀਨ ਆ ਜਿਹੜੇ ਬੰਦਿਆਂ ਤੇ આરોਪ ਸੀ ਐਮਐਲਏ ਤੇ ਕੋਈ दारू ਦਾ ਕਲੇਮ ਕਹ ਲੋ ਜਾਂ ਮਾਫੀਆ ਕੋਈ ਰੇਤ ਮਾਫੀਆ ਕੋਈ ਕੁਸ਼ ਮਾਫੀਆ ਕੋਈ ਕੁਸ਼ ਮਾਫੀਆ ਉਹਨਾਂ ਬੰਦਿਆਂ ਨੂੰ ਤੂੰ ਨਾਲ ਲਈ ਫਿਰਦਾ ਇੱਕ ਤੇਰੇ ਨਾਲ ਹੀ ਕਹਿੰਦੇ ਐਮਐਲਏ ਰਹਿੰਦਾ ਜਿਹਦੇ ਭਾਂਜੇ ਨੇ ਕਰੋੜਾਂ ਰੁਪਈਆ ਦੀ ਕਨਕ ਖੁਰਦਬੁਰਦ ਕਰਤੀ ਅੱਜ ਤੱਕ ਪਤਾ ਨਹੀਂ ਲੱਗਿਆ ਤੂੰ ਇੱਕ ਵਾਰੀ ਵੀ ਨਹੀਂ ਬੋਲਿਆ ਕਿ ਉਸ ਜੀਆਂ ਗੱਲਾਂ ਕਰਦੇ ਸਿੱਧੂ ਸਾਹਿਬ ਮੈਨੂੰ ਦੱਸੋ ਤਾਂ ਸਹੀ ਹੁਣ ਗੱਲ ਇੱਥੇ ਆਉਂਦੀ ਆ ਮੈਂ ਮਜੀਠੀਆ ਸਾਹਿਬ ਨੂੰ ਪੁੱਛਣਾ ਚਾਹਨਾ ਕਿ ਸਾਬ ਹਾਦਰ ਸਾਹਿਬ ਜਿਹੜਾ ਸਿੱਧੂ ਐ ਕੋਈ ਕੌਲ ਜੀ ਤੇ ਬੋਲੀ ਜਾਂਦੇ ਆ ਜੇਕਰ ਇਹ ਬੋਲ ਰਿਹਾ ਤੁਸੀਂ ਪੰਜਾਬ ਨੂੰ ਦੱਸੋ ਹੁਣ ਤੁਸੀਂ ਦੇਣ ਕੀ ਦੇਣੀ ਆ ਸਿੱਧੂ ਨੇ ਤਾਂ ਕੰਮ ਹੀ ਐ ਬਸ ਇਧਰੋਂ ਲਾਈ ਇਧਰੋਂ ਪੱਟ ਕੇ ਇਧਰ ਬਜਾਈ ਇਹਨਾਂ ਕੰਮ ਐ ਚੱਲੇ ਪਿਆ ਬਸ ਉਹਨਾਂ ਦਾ ਪਤਾ ਨਹੀਂ ਇਹ ਤਾਂ ਠਹਿਰ ਗਿਆ ਪਾਰਟੀ ਦੇ ਵਿੱਚ ਤਾਂ ਚੱਲਿਆ ਸੀ ਬਿਜਲੀ ਮਹਿਕਮੇ ਦੀਆਂ ਗੱਲਾਂ ਕਰਦਾ ਸੀ ਮਜੀਠੀਆ ਸਾਹਿਬ ਮੈਂ ਤੁਹਾਨੂੰ ਕਹਿਣਾ ਸਿੱਧੂ ਸਾਹਿਬ ਬਾਰੇ ਸੁਣੋ ਬਿਜਲੀ ਮਹਿਕਮੇ ਨੂੰ ਮਿਲਿਆ ਸੀ ਤੁਹਾਨੂੰ ਵੀ ਪਤਾ ਤੁਸੀਂ ਕਿਹੜਾ ਪੰਜਾਬ 'ਚ ਨਹੀਂ ਰਹਿੰਦੇ ਉਹਦੇ ਨੇ ਬਿਜਲੀ ਦਾ ਕੁਝ ਕੀਤਾ ਨਹੀਂ ਅੱਜ ਲੋਕਾਂ ਨੂੰ ਕਹਿੰਦਾ ਫਿਰਦਾ 3 ਰੁਪਏ ਜੂਨਟ ਫਲਾਨਾ ਤੇ ਓਂਕਾ ਤੁਸੀਂ ਇਹਦੇ ਨਾਲ ਮੱਥਾ ਜੇ ਮਾਰਦੇ ਆ ਤੁਸੀਂ ਹੁਣ ਮੈਨੂੰ ਗੱਲ ਦੱਸੋ ਕਿ ਕਾਲੀ ਦਲ ਇੱਥੇ ਰਿਹਾ ਪੰਜਾਬ ਦੇ ਵਿੱਚ ਇਹਨੇ ਕੀ ਕੀਤਾ ਲੋਕਾਂ ਵਾਸਤੇ ਤੁਹਾਨੂੰ ਹੁਣ ਯਾਦ ਆਂ ਮੈਨੂੰ ਕੈਪਟਨ ਸਾਹਿਬ ਦੀ ਗੱਲ ਨਹੀਂ ਆ ਮੈਨੂੰ ਗੱਲਾਂ ਯਾਦ ਆ ਰਹੀਆਂ ਕੱਲ ਪਰਸੋਂ ਦੀ ਗੱਲ ਆ ਸੱਤ ਕਹਿੰਦੇ ਕਿ ਇਹਨਾਂ ਨੇ ਝੋਲੇ 'ਚ ਪਤਾ ਨਹੀਂ ਲੋਕਾਂ ਦੇ ਕੀ ਵਾਦੇ ਫਿਰ ਕੀਤੇ ਆ ਮੈਂ ਲਾਜ ਦਾ ਭਾਂ ਕਰੂੰਗਾ ਮੈਂ ਯੋਕ ਕਰੂੰਗਾ ਕੈਪਟਨ ਸਾਹਿਬ ਸਾਡੇ 4 ਸਾਲਾਂ ਬਾਅਦ ਉੱਠਦੇ ਆ ਤੁਸੀਂ ਅਸੀਂ ਕੁੰਭਕਰਨ ਸੁਣਿਆ ਸੀ ਜਿਹੜਾ ਕਹਿੰਦੇ ਸਾਲ 6 ਮਹੀਨੇ ਬਾਅਦ ਉੱਠਦਾ ਸੀ ਹੁਣ ਸਾਨੂੰ ਇਹ ਪਤਾ ਲੱਗ ਗਿਆ ਕਿ ਜਿਹੜੇ ਸੀਐਮ ਹੁੰਦੇ ਉਹ ਵੀ ਕੁੰਭਕਰਨ ਤੋਂ ਘੱਟ ਨਹੀਂ ਹੋ ਗਏ ਫਿਰ ਇਹਦਾ ਮਤਲਬ ਆ ਮੈਂ ਸੀਐਮ ਸਾਹਿਬ ਤੁਹਾਨੂੰ ਕਹਿ ਰਿਆਂ ਹੱਥ ਜੋੜ ਕੇ ਕਹਿ ਰਿਆਂ ਕਿ ਤੁਸੀਂ 4.5 ਸਾਲਾਂ ਬਾਅਦ ਤੁਹਾਨੂੰ ਯਾਦ ਆਈ ਆ ਸਿਹਤ ਡਿਪਾਰਟਮੈਂਟ ਦੀ ਜੈ ਐਜੂਕੇਸ਼ਨ ਦੀ ਇਹ ਗੱਲਾਂ ਦਾ ਜਵਾਬ ਦਿਓ ਮੈਨੂੰ ਜੇਕਰ ਤੁਸੀਂ ਕਹਿੰਨੇ ਕਿ ਅਸੀਂ 4-5 ਲੱਖ ਰੁਪਏ ਦਾ ਇਲਾਜ ਫ੍ਰੀ ਕਰਨਾ ਹਸਪੀਟਲਾਂ 'ਚ ਡਾਕਟਰ ਫੂਕਾ ਮਾਰ ਕੇ ਇਲਾਜ ਕਰਨਗੇ ਇਹ ਮਾਰੀ ਫੂਕ ਠੀਕ ਹੋ ਗਿਆ ਮਰੀਜ਼ ਮਸ਼ੀਨਾਂ ਤੋਂ ਉੱਥੇ ਹੀ ਇਹਨਾਂ ਦਾ ਇਲਾਜ ਕਾ ਦੇ ਨਾਲ ਹੋਊਗਾ ਤੇ ਮੈਂ ਕਾਲੀਦਲ ਨੂੰ ਕਹਿਣਾ ਚਾਹੁੰਨਾ ਬਹੁਤੇ ਤੁਹਾਨੂੰ ਲਾਰੇ ਲਾਉਣ ਦੀ ਲੋਕਾਂ ਨੂੰ ਲੋੜ ਨਹੀਂ ਗਈ ਕਿਉਂਕਿ ਲੋਕਾਂ ਨੂੰ ਪਤਾ ਸ਼ਕਤੀਮਾ ਨਹੀਂ ਗੰਗਾਧਾਰੇ ਗੱਲ ਤੁਹਾਨੂੰ ਮੰਨਣੀ ਪਊਗੀ ਮੰਨੋ ਇਹ ਗੱਲ ਮੰਨੋ ਯਾਰ ਇਹ ਮਤਲਬ ਮੁੱਕਰੋ ਨਾ ਤੁਸੀਂ ਇਹ ਗੱਲ ਤੋਂ ਲੋਕ ਕੇ ਪਏ ਆ ਤੁਹਾਡੇ ਕੋਲ ਤੁਸੀਂ ਐਜੂਕੇਸ਼ਨ ਦੀ ਗੱਲ ਨਹੀਂ ਕੀਤੀ ਕੁਛ ਕੀ ਕਰ ਰਿਹਾ ਹੁਣ ਬਾਦਲ ਸਾਹਿਬ ਨਿਕਲੇ ਆ ਕੇ 100 ਦਿਨ ਦੀ ਹੈ ਕਿ ਯਾਤਰਾ ਪੰਜਾਬ ਦੀ ਤੇ ਪਹਿਲਾ ਯਾਤਰਾ ਤੋਂ ਬਿਨਾਂ ਫਿਰਦੇ ਰਹੇ ਆ ਹੁਣ ਯਾਤਰਾ 'ਚ ਕੀ ਵੇਣਿਆ ਜਿਹੜੇ 10 ਸਾਲ ਦੇ ਤੁਹਾਡੇ ਕੰਮ ਕੀਤੇ ਸੀਗੇ ਹੁਣ ਤੁਸੀਂ ਉਹ ਵੇਖਣ ਗਏ ਆ ਵੀ ਉਹ ਹਲੇ ਚੱਲ ਰਹੇ ਕਿ ਨਹੀਂ ਚੱਲ ਰਹੇ ਪੰਜਾਬ ਦਾ ਬੇੜਾ ਘਰ ਕੋਇਆ ਪਿਆ ਕੋਈ ਯਾਤਰਾ ਕਰਨ ਤੇ ਜਾਂਦਾ ਕੋਈ ਸ਼ੈਰੋ ਸ਼ੈਰੀ ਮਾਰਦਾ ਕੋਈ ਨੀਟੂ ਛਟਰਾਲ ਦੀ ਗੱਲ ਕਰਦਾ ਮੈਂ ਮਜੀਠੀਆ ਸਾਹਿਬ ਨੂੰ ਕਹਿਣਾ ਕਿ ਸਾਹਿਬ ਆਦਰ ਸਾਹਿਬ ਮੈਨੂੰ ਦੱਸੋ ਤੁਸੀਂ ਪੰਜਾਬ ਦੇ ਵਿੱਚ ਤੁਸੀਂ ਕੀ ਕੀਤਾ ਆਪਦੇ ਸਕੂਲਾਂ ਵੱਲ ਮੈਨੂੰ ਚਾਹੀ ਮਾਰ ਕੇ ਦੱਸੋ ਸਾਨੂੰ ਕੋਈ ਮੰਤਰੀ ਨਹੀਂ ਚਾਹੀਦਾ ਸਾਨੂੰ ਉਹ ਮੰਤਰੀ ਚਾਹੀਦਾ ਜਿਹੜਾ ਕਦੇ ਸਿਹਤ ਸਿੱਖਿਆ ਫਰੀ ਕਰੇ ਨਾ ਕਿਸੇ ਜਾਤੀ ਵਾਸਤੇ ਨਾ ਹੋਵੇ ਸਿਹਤ ਸਿੱਖਿਆ ਇਹ ਸਾਰੇ ਵਾਸਤੇ ਫਰੀ ਹੋਣੀ ਚਾਹੀਦੀ ਆ ਬਿਜਲੀ ਦਾ ਬਿੱਲ 2 ਰੁਪਏ ਯੂਨਟ ਕਰ ਦੋ ਸਾਰਿਆਂ ਨੂੰ ਆਉਣਾ ਚਾਹੀਦਾ ਘਰ ਘਰ ਨੌਕਰੀ ਹੋਣੀ ਚਾਹੀਦੀ ਆ ਜਿਹੜੇ ਬੰਦੇ ਦੇ ਘਰ 30000 ਰੁਪਏ ਦੀ ਨੌਕਰੀ ਆਉਗੀ ਕੀ ਉਹ ਵਿੱਚੋਂ 5000 ਰੁਪਏ ਬਿੱਲ ਨਹੀਂ ਕੱਢ ਕੇ ਦੇ ਸਕਦਾ ਤੁਸੀਂ ਲੋਕਾਂ ਨੂੰ ਅਸਲ ਦੇ ਵਿੱਚ ਲੋਕਾਂ ਦਾ ਮਜ਼ਾਕ ਬਣਾ ਰਹੇ ਆ ਤੁਸੀਂ ਦਿਮਾਗੀ ਸ਼ੋਸ਼ਣ ਕਰ ਰਹੇ ਹੋ ਉਹਨਾਂ ਦੇ ਨਾਲ ਮੈਂ ਕਹਿੰਨਾ ਤੁਹਾਨੂੰ ਦੋਨਾਂ ਨੂੰ ਤੁਹਾਡੀ ਲੜਾਈ ਹੈ ਜਿਵੇਂ ਵੇਖੋ ਜਿਵੇਂ ਬੁੜੀਆਂ ਮੈਣੇ ਮਾਰਦੀਆਂ ਇੱਕ ਦੂਜੇ ਨੂੰ ਤੁਸੀਂ ਕਰਨਾ ਕੱਖ ਨਹੀਂ ਕਿਸੇ ਵਾਸਤੇ ਵੀ ਜੇਕਰ ਤੁਹਾਨੂੰ ਕਿਸਾਨੀ ਦਾ ਦਰਦ ਹੁੰਦਾ ਤੁਸੀਂ ਇਲੈਕਸ਼ਨਾਂ ਦਾ ਪ੍ਰਚਾਰ ਨਹੀਂ ਕਰਨਾ ਸੀ ਸਿੱਧੂ ਮਜੀਠੀਆ ਤੁਸੀਂ ਉੱਥੇ ਜਾ ਕੇ ਬਹਿਣਾ ਸੀ ਦਿੱਲੀ ਦੇ ਵਿੱਚ ਤੇ ਤੁਸੀਂ ਕੇਂਦਰ ਨੂੰ ਕਹਿਣਾ ਸੀ ਪਰ 22 ਦਾ ਇਲੈਕਸ਼ਨ ਨੇੜੇ ਆ ਤੁਸੀਂ ਪ੍ਰਚਾਰ ਕਰਦੇ ਫਿਰਦੇ ਆ ਪਰ ਤੁਸੀਂ ਕਿਸਾਨਾਂ ਦਾ ਪ੍ਰਚਾਰ ਨਹੀਂ ਕੀਤਾ ਤੁਸੀਂ ਪ੍ਰਚਾਰ ਕਰੋ ਖਾ ਕੇ ਕਿ ਮਜ਼ਦੂਰ ਤੇ ਕਿਸਾਨ ਦਿੱਲੀ ਚੱਲੋ ਜਿਹੜਾ ਖਰਚਾ ਹੋਊਗਾ ਮਜ਼ਦੂਰਾਂ ਦਾ ਘਰ ਅਸੀਂ ਕਰਾਂਗੇ ਕਿ ਦਿਓ ਸਾਬ ਇੱਥੇ ਬੱਸਾਂ ਪਿੰਡ ਪਿੰਡ ਤੋਂ ਫ੍ਰੀ ਲਾਓ ਕੌਣ ਜਾਣ ਵਾਸਤੇ ਉੱਥੇ ਦਿੱਲੀ ਦੇ ਵਿੱਚ ਤੁਹਾਡੀਆਂ ਬੱਸਾਂ ਇੰਨੀਆਂ ਚੱਲਦੀਆਂ ਐਵੇਂ ਨਾ ਬਾਲਾ ਲੋਕਾਂ ਨੂੰ ਤੁਸੀਂ ਤੰਗ ਨਾ ਕਰੋ ਤੁਸੀਂ ਲੋਕਾਂ ਦਾ ਦਿਮਾਗ ਜਿਹੜਾ ਕੋ ਉਹ ਲੋਕ ਮੈਨੂੰ ਲੋਕਾਂ ਨੂੰ ਸਮਝ ਨਹੀਂ ਆਉਂਦੀ ਸਿੱਧੂ ਕਹਿੰਦਾ ਵਜੀਤ ਗਿਆ ਫਲਾਣਾ ਤ्यों ਕਾ ਉਹ ਲੋਕ ਕਹਿੰਦੇ ਬੋਲੇ ਸੋਨਿਹਾਲ ਸਾ ਸਰੀਆ ਕਾਲ ਉਹ ਲੋਕੋ ਤੁਹਾਡੇ ਅਸਤੇ ਇਹਨਾਂ ਨੇ ਕੀ ਕੀਤਾ ਮੈਨੂੰ ਤੁਸੀਂ ਗੱਲ ਦੱਸੋ ਇਹ ਮੈਨੂੰ ਦੱਸੋ ਤਾਂ ਸਹੀ ਫਿਰ ਮਜੀਠੀਆ ਕਹਿੰਦਾ ਸਿੱਧੂ ਆਏ ਆ ਸਿੱਧੂ ਜਾਂ ਆਉਂ ਕਹਿੰਦਾ ਮਜੀਠੀਆ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕ ਕੇ ਅਛੇ ਪੈਰਾ ਕਰਾ ਦੇ ਜੰਨੇ ਭਾਈ ਤੁਸੀਂ ਜਾਂ ਤਾਂ ਹੋਵੇ ਪੈਰਾ ਲਾਇਆ ਲਾਉਣਾ ਨਾ ਉੱਥੇ ਜਿੱਥੇ ਐਜੂਕੇਸ਼ਨ ਦੀ ਗੱਲ ਹੁੰਦੀ ਉਹ ਪੰਜਾਬ ਵਿੱਚ ਕੀਤਾ ਕੀ ਇਹਨਾਂ ਨੇ ਅੱਜ ਕਿੰਨੇ ਸਾਲ ਹੋ ਗਏ ਕਾਂਗਰਸ ਆਉਂਦੀ ਜਾਂਦੀ ਨੂੰ ਕੈਪਟਨ ਸਾਹਿਬ ਤੁਸੀਂ ਦੱਸੋ ਐਜੂਕੇਸ਼ਨ ਦੀ ਕਦੇ ਕਿੱਥੇ ਗਿਆ ਸੀ ਤੂੰ ਬਾਦਲਾਂ ਦੀ ਸਰਕਾਰ ਆਈ ਰਹੀ ਆ ਮੁੱਖ ਮੰਤਰੀ ਬਣ ਚੁੱਕੇ ਰਹੇ ਆ ਡਿਫਟੀ ਸੀਐਮ ਬਣ ਚੁੱਕੇ ਰਹੇ ਆ ਇਹਨਾਂ ਨੇ ਪੰਜਾਬ ਚ ਕੀ ਕਰਤਾ ਮੈਨੂੰ ਦੱਸੋ ਸੜਕਾਂ ਕਹਿੰਦੇ ਸੀ ਸੜਕਾਂ ਬਣਾਉਂਦੀਆਂ ਪੁਲ ਬਣਾਉਂਦੀਆਂ ਇਹ ਕੋਈ ਤੁਸੀਂ ਉਹਦੇ ਪੱਲੋਂ ਨਹੀਂ ਬਣਾਇਆ ਇਹ ਖਾਤੇ ਦੇ ਕਹ ਲੋ ਕਿ ਜਿਹੜਾ ਸਾਡਾ ਜਿਹੜਾ ਖਜ਼ਾਨਾ ਉਹਦੇ ਵਿੱਚੋਂ ਬਣਿਆ ਤੇ ਮੈਂ ਕਹਿੰਦਾ ਹੋ ਸਕਦਾ ਮੇਰੀ ਵੀਡੀਓ ਦੇ ਵਿੱਚ ਕੋਈ ਪਾਵਰ ਨਾ ਹੋਵੇ ਕੋਈ ਗੱਲਾਂ ਸਹੀ ਨਾ ਹੋਣ ਪਰ ਮੈਂ ਕਹਿੰਦਾ ਲੋਕੋ ਇਹ ਚੀਜ਼ ਨੂੰ ਉਹ ਸਮਝਣਗੇ ਜਿਹੜੇ ਵਾਕਈ ਸਮਝਦਾਰ ਆ ਕਿਉਂਕਿ ਤੁਹਾਡੇ ਇਹਨਾਂ ਨੇ ਕਰਨਾ ਕੱਖ ਨਹੀਂਗਾ ਖਾਇਆ ਪੀਆ ਕੁਛ ਨਹੀਂ ਤੇ ਖਾਲੀ ਢਕਾਰ ਆਉਣੇ ਤੁਹਾਨੂੰ ਐਵੇਂ ਤੁਹਾਡਾ ਤੁਸੀਂ ਬੁਰਾ ਖੁਦ ਆਪ ਦੇ ਲੋਕ ਆਪ ਕਰਦੇ ਆ ਬੁਰਾ ਜਾ ਕੇ ਉੱਥੇ ਬਹਿ ਜਾਂਦੇ ਆ ਚੌਂਕੜੀਆਂ ਮਾਰ ਕੇ ਕੋਈ ਕੁਰਸੀ ਤੇ ਮਾਰ ਕੋਈ ਕਿਵੇਂ ਤੇ ਕੋਈ ਕਿਵੇਂ ਫੋਟਮਾ ਕਰਾਉਂਦੇ ਆ ਤੁਸੀਂ ਤੁਹਾਨੂੰ ਅਜੇ ਤੱਕ ਵੀ ਮੰਗਣਾ ਨਹੀਂ ਆਇਆ ਕਹਿੰਦਾ ਨਾ ਮੰਗਣਾ ਨਹੀਂ ਆਇਆ ਹੋਵੇ ਤਾਂ ਮੰਗ ਨਹੀਂ ਪੂਰੀ ਹੁੰਦੀ ਤੁਹਾਨੂੰ ਮੰਗਣਾ ਨਹੀਂ ਆਇਆ ਅਜੇ ਤੱਕ ਤੁਸੀਂ ਮੰਗਦੇ ਕੀ ਆ ਕੋਠੇ ਬਟਲੇ ਸਾਨੂੰ ਮaaf ਕਰੋ ਆ ਸਾਡਾ ਕੁਛ ਕਰੋ ਇਹ ਕੁਛ ਨਹੀਂ ਹੋਣਾ ਚੰਗੀਆਂ ਚੀਜ਼ਾਂ ਮੰਗੋ ਸਿਹਤ ਡਿਪਾਰਟਮੈਂਟ ਮੰਗੋ ਤੇ ਸਿੱਖਿਆ ਡਿਪਾਰਟਮੈਂਟ ਫ੍ਰੀ ਮੰਗੋ ਯਾਦ ਰੱਖੋ ਫਿਰ ਤੁਹਾਡਾ ਵਿਕਾਸ ਹੋਣਾ ਨਹੀਂ ਤਾਂ ਨਹੀਂ ਤੇ ਮੈਂ ਇਹ ਗੱਲ ਕਹਿਣਾ ਸਿੱਧੂ ਨੂੰ ਵੀ ਲੋਕਾਂ ਨੂੰ ਪੰਜਾਬ ਬਾਰੇ ਦੱਸ ਵੀ ਪੰਜਾਬ ਕਿਵੇਂ ਸਸਾਈ ਕਰੇਗਾ ਕਿਵੇਂ ਨਹੀਂ ਕਰੇਗਾ ਪੰਜਾਬ ਨੂੰ ਦੇਵੇਂਗਾ ਕੀ ਸਾਨੂੰ ਵਿਕਰਮਜੀਤ ਮਜੀਠੀਆ ਤੱਕ ਕੋਈ ਮਤਲਬ ਨਹੀਂ ਮਜੀਠੀਆ ਤੁਸੀਂ ਵੀ ਸੁਣੋ ਸਾਨੂੰ ਸਿੱਧੂ ਤੱਕ ਕੋਈ ਮਤਲਬ ਨਹੀਂ ਤੁਸੀਂ ਦੱਸੋ ਵੀ ਤੁਸੀਂ ਪੰਜਾਬ ਦੇ ਵਿੱਚ ਨਵਾਂ ਕੀ ਕਰੋਗੇ ਤੇ ਕੈਪਟਨ ਸਾਹਿਬ ਤੁਸੀਂ ਚੁੱਪ ਰਹੋ ਕੋਈ ਗੱਲ ਨਹੀਂ ਤੁਸੀਂ ਸਾਢੇ 4 ਸਾਲ ਪਹਿਲਾਂ 2017 ਚ ਬਹੁਤ ਬੋਲੇ ਆ ਅਸੀਂ ਇੱਕ ਇੱਕ ਗੱਪ ਤੁਹਾਡਾ ਯਾਦ ਕਰ ਗਏ ਤਾਂ ਮੈਂ ਕਹਿੰਦਾ 10 ਸਾਲ ਐਵੇਂ ਲੰਘ ਜਾਣਗੇ ਸਾਡੇ ਗੱਪ ਯਾਦ ਕਰ ਕਰਕੇ ਸਿੱਧੂ ਸਾਹਿਬ ਜਿਹੜੇ ਗੱਪ ਤੁਸੀਂ ਮਾਰ ਰਹੇ ਆ ਮੈਂ ਮਜੀਠੀਆ ਕੇ ਨੂੰ ਪੁੱਠਾ ਟੰਗਾ ਤੋਂ ਪਟੇ ਮਾਰਾ ਦੂੰ ਇਹ ਗੱਪ ਜਿਹੜੇ ਉਹ ਮਾਰ ਚੁੱਕੇ ਹੈ ਕੈਪਟਨ ਸਾਹਿਬ ਸਾਡੀ ਤੁਹਾਡੇ ਕੇ ਫਰਾ ਦਾ ਕੋਈ ਨਵੇਂ ਗੱਪ ਲੈ ਕੇ ਆਓ ਜਿਹੜੇ ਕਿ ਸਾਨੂੰ ਗੱਪ ਚੰਗੇ ਲੱਗਣ ਤੁਹਾਡੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ